अस्सलाम वालेकुम दोस्तों, राशिद मल तुहाडी खिदमत च हाजिर है। तुहानूं पता है कि मैं वादा कीता है तुहाडे नाल कि जिथों दे भी फनकार पूरे पाकिस्तान दे जिहड़ा भी फनकार होएगा ना, मैं कोशिश करांगे कि अपने प्रोग्राम दे विच उहनूं अपने नाल लैके आवां। अज मेरे नाल गुजराले दे सुपरस्टार सुपर सुपरस्टार ते बहुत खूबसूरत एक्टर के बड़ी बड़ी दुनिया दे विच इन्हां ने पूरे पाकिस्तान दे विच इन्हां दा इक नाम है। ते अज मेरे प्रोग्राम दे विच बड़ी मुश्किल नाल कोई टाइम ले आया वा, तो मैं इन्हों कि क्योंकि फनकार तुम पता आर्टिस्ट इस टाइम फारग ने वेले ने, कोशिश मेरी है कि क्यों बनेगा करोड़पति। मेरे प्रोग्राम का मकसद ये कि मैं अपने फनकार भरावान अमीर कर सकता यार। मेरे किसी तरीके से मेरे प्रोग्राम च मेरी कोई कोशिश होंगी कि पैसे जित के लै जाए मेरे को। अज मेरे प्रोग्राम के मेरे साथ देने वास्ते आए ने सुपर स्टार विक्की काडू। अस्सलाम वालेकुम दोस्तों, और बेस्ट ऑफ लक राशिद भाई तुहानू तुहाडे चैनल दी। थैंक यू थैंक यू। सब दोस्तों अगे रिक्वेस्ट है कि इस चैनल नू लाइक करो, सबसक्राइब करो और बेल वाला बटन दबाओ। शुक्रिया विक्की साहब, तुसी मेरे प्रोग्राम नू जिहड़े ने पूरा मेरे चैनल नू तुसी सपोर्ट कीता है। ये आपस दे विच असीं भरावां ने एक दूसरे का साथ देना वा, क्योंकि सिस्टम साडा थोड़ा जिहा ब्लॉक होया बंद होया, उहदे विच असीं एक दूसरे का साथ जिहड़ा दे रहे हैं, ये समझ लो एक दूसरे की खिदमत ही कर रहे हैं। राशिद भाई तुसी बहुत अच्छे फनकार हो और बड़ा वधिया काम करदे हो, असीं तुहाडे फैन हैगे आ। और फैसलाबाद दी आन शान हो तुसी विक्की साहब, इह तुहाडी मेहरबानी है। ਤੇ ਅੱਜ ਪ੍ਰੋਗਰਾਮ ਦਾ ਦਰਅਸਲ ਵਿੱਕੀ ਸਾਹਿਬ ਮੇਰੇ ਇੱਕ ਸ਼ਡਿਊਲ ਹੁੰਦਾ ਹੈ ਕਿ ਮੈਂ ਨਾ ਕੁਛ ਸਵਾਲ ਕਰਦਾ, ਉਸ ਸਵਾਲਾਂ ਦੇ ਕੁਛ ਮੈਂ ਇਨਾਮ ਦਿੰਦਾ, ਯਾਨੀ ਕਿ ਪਹਿਲਾ ਸਵਾਲ ਮੇਰਾ 100 ਰੁਪਏ ਦਾ ਹੁੰਦਾ ਹੈ, ਦੂਸਰਾ ਮੇਰਾ ਹੁੰਦਾ 10,000 ਦਾ, ਤੀਸਰਾ ਮੇਰਾ 1,00,000 ਦਾ, ਤੇ ਚੌਥਾ ਮੇਰੀ ਔਕਾਤ ਤੋਂ ਬਾਹਰ ਦਾ 1,00,00,000 ਰੁਪਏ ਦਾ ਇਨਾਮ ਹੁੰਦਾ। ਤੁਸੀਂ ਮੇਰੇ ਸਵਾਲਾਂ ਦਾ ਕਰ ਮੈਨੂੰ ਜਵਾਬ ਦੇ। ਜਿੰਨੇ ਤੁਸੀਂ ਰੁਪਈਆ ਦਾ ਨਾਮ ਲੈਣ ਦੇ ਹੋ ਤੁਹਾਡੀ ਸ਼ਕਲ ਤੋਂ ਨਹੀਂ ਲੱਗਦਾ ਕਿ ਤੁਹਾਡੇ ਕੋਲ 50 ਰੁਪਏ ਵੀ ਹੋਣਗੇ। ਦੇਖੋ ਮੈਂ ਤੁਸੀਂ ਕਰੋੜ ਦੀ ਕਰ ਰਹੇ ਹੋ ਕਢੋੜ ਕੇ। ਦੇਖੋ ਜੀ ਪਤਾ ਕੀ ਗੱਲ ਹੈ, ਪ੍ਰੋਗਰਾਮ ਤਾਂ ਮੋਟੂ ਹੈ, ਇਹਦੇ ਨਾਲ ਗਰਾਊਂਡ ਬਣਦੀ ਹੈ, ਕਰੋੜਾਂ ਦੀ ਗੱਲ ਕਰਾਂਗੇ, ਕਮ ਸੇ ਕਮ ਅਸੀਂ ਵਿਹਲੇ ਬੰਦੇ ਕਰੋੜਾਂ ਦੀਆਂ ਗੱਲਾਂ ਤਾਂ ਕਰ ਰਹੇ ਨਾ। ਇਹ ਨਾ ਕਿ ਵਿਹਲੇ ਬੰਦੇ ਨੂੰ ਨੈਪ ਚੁੱਕ ਕੇ ਲਾਈ ਜਾਵੇ। ਕਰੋੜ ਦੇਖੋ ਨਾ, ਜੇ ਤਾਂ ਤੁਸੀਂ ਮੇਰੇ ਸਵਾਲ ਦਾ ਜਵਾਬ ਦਿਓਗੇ ਤੁਹਾਨੂੰ ਮਿਲੇਗਾ, ਤੇ ਫਿਰ ਨੈਪ ਸਾਡੇ ਮਗਰ ਆਏਗੀ ਯਾਰ, ਤੇ ਦੇਣ ਲੈਣ ਵੀ ਕਰਨ ਦੇ ਕਰੋੜ ਦਾ ਮਤਲਬ ਕਿ ਨਾ ਉਹ ਸਵਾਲ ਹੋਣੇ ਨੇ ਤੇ ਨਾ ਉਹ ਜਵਾਬ ਹੋਣੇ ਨੇ ਤੇ ਨਾ ਹੀ ਉਹ ਕਰੋੜ ਹੋਣੇ ਨੇ। ਨਹੀਂ ਨਹੀਂ ਸਰ, ਕਰੋੜ ਰੁਪਇਆ ਜਿਹੜਾ ਤੁਸੀਂ ਮੇਰੇ ਜਦੋਂ ਸਵਾਲ ਦਾ ਕੁਐਸਚਨ ਦਾ ਮੇਰੇ ਤੇ ਜਵਾਬ ਦਿਓਗੇ, ਫਿਰ ਮੇਰੇ ਤੇ ਫਰਜ਼ ਹੋ ਜਾਣਾ, ਮੈਂ ਸਰ ਭਾਵੇਂ ਜਿੱਥੋਂ ਮਰਜ਼ੀ ਆਪਣਾ ਆਪ ਵੇਚ ਕੇ ਭਾਵੇਂ ਆਪਣਾ ਗੁਰਦਾ ਵੇਚ ਕੇ ਦਿਆਂ, ਮੈਂ ਤੁਹਾਨੂੰ ਕਰੋੜ ਰੁਪਇਆ ਦਿਆਂਗਾ। ਭਾਈ ਜਾਨ ਤੁਸੀਂ ਗੁਰਦੇ ਦੇ ਨਾਲ ਦਿਲ ਵੀ ਵੇਚ ਲਓ, ਨਾਲ ਫੇਫੜੇ ਵੀ ਵੇਚ ਲਓ, ਤੇ ਕਰੋੜਾਂ ਤੱਕ ਨਹੀਂ ਜਾਣੀ। ਸਭ ਤੋਂ ਵੱਡੀ ਗੱਲ ਤੁਸੀਂ ਆਪਣੇ ਗੁਰਦੇ ਨੂੰ ਫੇਫੜੇ ਦੇਖੇ ਨੇ, ਤੁਸੀਂ ਮੇਰੇ ਦੇਖੋ, ਮੇਰੇ ਬੜੇ ਸਹਿਜ ਵੱਡੇ ਨੇ ਭਾਈ ਜਾਨ। ਅੱਛਾ ਜੀ, ਲਿਆਦਾ ਅਸੀਂ ਤਾਬੇਦਾਰ ਹਾਂ ਰਸ਼ਦ ਭਾਈ, ਤੁਹਾਡੇ ਪੈਸਿਆਂ ਦੀ ਕਿਹੜੀ ਗੱਲ ਨੇ। ਮੇਰੇ 5,00,000 ਰੁਪਏ ਦੀ ਐਨਰਜੀ ਜ਼ਾਇਆ ਕਰਾਉਂਦੇ ਐਨਰਜੀ ਭਾਈ ਜਾਨ, ਤੁਸੀਂ ਕਿਹੜਾ ਕਲਾਬਾਜ਼ੀਆਂ ਲਾ ਕੇ ਸਵਾਲ ਦਾ ਜਵਾਬ ਦੇ? ਸਾਹ ਲੈਂਦਾ ਏ ਪੂਰੀ ਰਾਤ ਦੇ ਵਿੱਚ ਕਿੰਨੀ ਵਾਰੀ ਸਾਹ ਲੈਂਦਾ? 1-2-3-4-5-7 ਸਵਾਲ ਦਾ ਤੁਸੀਂ ਜਵਾਬ ਜਿਹੜਾ ਮੈਨੂੰ ਤੁਹਾਨੂੰ ਜਲਦੀ ਜਲਦੀ ਦੇਣਾ ਪੈਣਾ, ਤਾਂ ਕਿ ਕਿਉਂਕਿ ਆਪਾਂ ਪ੍ਰੋਗਰਾਮ ਦੇ ਵਿੱਚ ਟਾਈਮ ਸਾਡੇ ਕੋਲ ਥੋੜ੍ਹਾ ਹੈ, ਕਿ ਇਨਸਾਨ ਜਦੋਂ ਰਾਤ ਨੂੰ ਸੌਂਦਾ ਹੈ ਉਹ ਕਿੰਨੀ ਵਾਰੀ ਸਾਹ ਲੈਂਦਾ ਹੈ? ਇਹ ਬਾਤ ਹੈ, ਰਾਤ ਨੂੰ ਜਦੋਂ ਇਨਸਾਨ ਸੌਂਦਾ ਹੈ ਤਾਂ ਕਿੰਨੀ ਵਾਰੀ ਸਾਹ ਲੈਂਦਾ? ਇਹ ਸੌਣ ਲੱਗਿਆ ਬੰਦੇ ਨੇ ਨਾਲ ਕੈਲਕੂਲੇਟਰ ਰੱਖਿਆ ਹੁੰਦਾ? ਨਹੀਂ ਕੈਲਕੂਲੇਟਰ ਨਹੀਂ, ਜਦੋਂ ਸਾਹ ਤੁਸੀਂ ਲੈਂਦੇ ਹੋ ਸਾਰੀ ਬਾਤ ਆ, ਤੁਸੀਂ ਤਾਂ ਸਾਹ ਵੀ ਨਿੱਕੇ ਨਿੱਕੇ ਲੈਂਦੇ। ਹਾਂ ਤੇ ਗੱਲ ਹੋ ਰਹੀ ਸੀ ਸਾਹਾਂ ਦੀ, ਕਿ ਪੂਰੀ ਰਾਤ ਦੇ ਵਿੱਚ ਕਿੰਨੇ ਸਾਹ ਲੈਂਦਾ? ਕਿੰਨੇ ਸਾਹ ਲੈਂਦਾ? ਇਹ ਪੂਰੇ 6,500 ਸਾਹ ਲੈਂਦਾ ਪੂਰੀ ਰਾਤ ਦੇ ਵਿੱਚ ਇਨਸਾਨ। 6,500? ਹਾਂ, ਅਗਰ ਮੇਰੀ ਗੱਲ ਗਲਤ ਹੈ ਤਾਂ ਮੈਨੂੰ ਇਸ ਪ੍ਰੋਗਰਾਮ 'ਚ ਕੱਢ ਦਿੱਤਾ ਜਾਏ, ਵਰਨਾ ਮੈਂ ਇਨਾਮ ਦਾ ਹੱਕਦਾਰ ਹਾਂ।
बड़ी गल है जी। इस सवाल का जवाब दुरुस्त है। 100 रुपये मेरे को जित गए इन्हों के पापड़ पुपड़ लैके आने लिया। उतला खाना खोल दे पौड़ी बनवाई है जो बंदा रखे कुर्सी है जानी के फ्रिज खोलने वाली फ्रिज मुद्दी लम्बी पाई हो परेशान हो जाएंगे क्योंकि आपस के खलोते हैं जो तुम अपने बच्चे के कपड़े लैन जाते हो अपना भी सूट लिया अपना लैन जाना बच्चे का बन जाए मैं कुछ कह नहीं सकता जवाब दे तो मैं 10,000 रुपये देंगे क्योंकि 100 रुपये मेरे को जित गए मैं 10,000 का जवाब देंगे 10,000 वेरी गुड वेरी गुड। अच्छा जी विकी साहब गल सवाल जरा मेरा ये जो हाथी नहर वड़ जाए तो किदा निकलेगा हाथी नहर वड़ जे वह कि निकलेगा मैं कहना सवाल तो बड़ा टेंशन तो बकरी भी देने के हाथी लगता हो हाथी जो नहा के नहर च डिग पवे किदा निकलेगा किदा निकलेगा गिला हो जनाब गिला हो के अपने शहर बुला के मैंने लुटिया 10,100 रुपया मैं जित गया राशन भाई 10,100 रुपये का मेरे को जो ना इस टाइम जित गए हो बिकाओ मैं तो हैरान हाँ भी मैं इतना पैसे पैसे देने की तू मैं भी तो थोड़े वाले वेला ही फिरन दिया कोई गल नहीं हजार होने चाहिए चला रहे हो ना देश बंदा जो घुमा वा तो कम से कम आप ही झूठे मुंह ही कह दिया मैंने नहीं पता किसी गल सारा पता मैं गलों के जवाब दे रहा बाद चो भावे मैं कोई 100-200 छट दे कोई कह नहीं सकता। अच्छा जी लो जी विकी साहब तैयार हो जाओ अगला सवाल जो मैं पूरा 1,00,000 रुपये का पूछना वा मैं अपना औकात तो बहर निकल रहा हाँ मैं कहना अच पूरे 1,00,000 रुपये तक जावे जाना पैना पापा जी अगर तुम मेरे 1,00,000 रुपये के सवाल का जवाब दे दौ तो मेरे वालों तो पहले तुम जवाब ही है ना तुम सारा कुछ छड़ के चले जाओ। अच्छा क्योंकि अगर मेरे सवाल का जवाब देता तो मैं परेशान हो जाऊंगा मैं रोड को जावगा इस सवाल का प्लीज थोड़ी मेहरबानी सोच समझ के दसना है जो फनकारा के हालात जा रहे हैं मेरा दिल करता मैं तुम्हें सारे जवाब देकर जावा। अच्छा जी बस ठीक है जी हूँ थोड़े ना जो सवाल 1,00,000 रुपये का सवाल मैं हम कोशिश करने एक मुश्किल पूछा थोड़े को वो पूछो जवाब दोगे तो फिर मैं परेशान जरूर होवांगा पहले सवाल का मैं परेशान नहीं क्योंकि जो कोई गल नहीं थोड़े जे पैसे मैं दे भी देंगा। लो जी विकी साहब सवाल साडा ए वे 1,00,000 का यह मैं दसो भी कि जानवर है जो 6 महीने सौंदा है 6 महीने जागता है 6 महीने सौंदा है 6 महीने जागता है राशिद कुमार मैं जानवर की गल की इंसान जानवर की तमीज कोई नहीं। अच्छा तुम इंसान हो मेरे अच्छा जी मैं पता ही बर्फ का अक्सर जी हाइट जी 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 खूबसूरत हाइट है। अच्छा घर का जो रात में दरवाजा ला जानवर जेड़ा 6 महीने सौंदा 6 महीने जागदा 6 महीने सौंदा 6 महीने जागदा लगड़ बग्गा कौन आ लगड़ बग्गा कौन
ਲਗੜ ਬਗਾ 6 ਮਹੀਨੇ ਸੌਂਦਾ 6 ਮਹੀਨੇ ਜਾਗਦਾ ਹਾਂ ਐਡਾ ਨਹੀਂ ਉਹ ਤੇ 6 ਮਹੀਨੇ ਸੌਂਦਾ 6 ਮਹੀਨੇ ਜਾਗਦਾ ਕਾਰੋਬਾਰੀ ਆ ਮੱਛਰ ਨਹੀਂ ਜਾਨਵਰ ਦੀ ਗੱਲ ਕਰ ਰਿਹਾ ਮੈਂ ਜਾਨਵਰ ਉਹ ਪੈਂਦਾ ਹੈ ਹੁਣ ਪੜ ਲੱਗੇ ਨੇ ਅੱਛਾ ਅੱਛਾ ਵੈਸੇ ਤੁਹਾਡੇ ਘਰ ਤੋਂ ਚੋਰੀ ਵੀ ਹੋਵੇ ਤੇ ਸਾਰਾ ਸਮਾਨ ਥੱਲੇ ਹੀ ਪਿਆ ਹੋਣਾ ਚੋਰੀ ਇੱਕ ਵਾਰੀ ਪਹਿਲਾਂ ਸਾਡਾ ਬੜਾ ਬਕੂ ਆਇਆ ਸੀ ਕੀ ਚੋਰ ਆਇਆ ਸਨ ਸਾਡੇ ਘਰ ਨੂੰ ਫੇਰ ਉਹ ਰਣ ਸਾਹਿਬ ਨਾਲ ਪਹਿਲਾਂ 5 ਕਿਲੋ ਅਰਸ਼ਾ ਪਰ ਪੜਿਆ ਅੱਛਾ ਉਹਦੇ ਵਿੱਚ ਮੈਨੂੰ ਟੰਗੀ ਅੱਛਾ ਟੰਗ ਕੇ ਮੇਰੇ ਸਾਹਮਣੇ ਸਾਰੇ ਘਰ ਦੀ ਚੋਰੀ ਕਰ ਗਿਆ ਓਏ ਹੋਏ ਤੇ ਤੁਸੀਂ ਛਾਪਰ ਮੜਿਆ ਪਾੜ ਕੇ ਥੱਲੋਂ ਬਾਹਰ ਆ ਜਾਂਦੇ ਥੱਲੋਂ ਲੱਤ ਮਾਤ ਢਾ ਲੈਂਦਾ ਮੈਂ ਉਹ ਉੱਚਾ ਵਾਵਾ ਹੀ ਟੰਗ ਦਿੱਤਾ ਵਾਵਾ ਹੀ ਟੰਗ ਦਿੱਤਾ ਮੈਂ ਕਹਿੰਦਾ ਕਿ ਮੈਂ ਕਿਹਾ ਚਲੋ ਕੋਈ ਗੱਲ ਨਹੀਂ लख रुपये का सवाल है अगर तुम दसोगे तो मैं भी एक बार गिरफ्तार पै जाना अच्छा मैं भी कहां कि नैन नक्श ते क्यों ने मैं नहीं पता कि तुम 24 घंटे जानवर चिर रहे नहीं नहीं इस टाइम भी जानवर जवाब नहीं दे सके लख रुपये ਲਿਆਦਾ ਤੁਸੀਂ ਹਰ ਗਏ ਉਹ ਆਉਂਦਾ ਹੈ ਡੱਡੂ ਮੈਂਡਕ ਗੈਂ 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 ਡੱਡੂ 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 ਨੈਕਸਟ ਟਾਈਮ ਤੁਸੀਂ ਨਾ ਮੇਰਾ ਇੰਟਰਵਿਊ ਨਹੀਂ ਕਰਨਾ ਕਿਉਂ ਜੀ ਕਿਉਂ ਕਿਉਂ ਤੁਸੀਂ ਕਿਹੋ ਜਿਹੇ ਜਾਨਵਰ ਦੇ ਨਾਲ ਰਹਿੰਦੇ ਹੋ ਡੱਡੂ ਡੱਡੂ ਮੈਂ ਤੁਹਾਡੀ ਸਵਾਰੀ ਦੀ ਗੱਲ ਕਰਨ ਦੇ ਮੈਂ ਕਹਿੰਦਾ ਤੇਰਾ ਤੂੰ ਤੇ ਫੇਰ ਤੇਰੇ ਕੋਲ ਪੱਲੇ ਕੀ ਰਹਿ ਗਿਆ ਮੇਰੇ ਅੱਗੇ ਪੱਲੇ ਹੈ ਕੀ ਹੈ 10,000 100 ਰੁਪਏ ਤਾਂ ਮੈਂ ਹਾਰ ਗਿਆ ਤੇ ਲੱਖ ਰੁਪਏ ਜਿਹੜਾ ਤੁਸੀਂ ਮੇਰੇ ਕੋਲ ਹਾਰ ਗਏ ਸ਼ੁਕਰ ਮੇਰੇ ਮਾਲਕ ਦਾ ਮੈਨੂੰ ਅੱਲਾ ਨੇ ਬਚਾਇਆ ਤੇ ਉਹ ਕਰੋੜ ਵਾਲਾ ਕਿਹੜਾ ਸਵਾਲ ਹੈ ਕਰੋੜ ਵਾਲਾ ਸਰ ਤੁਹਾਡੇ ਨਾਲ ਉਹ ਮੈਂ ਤਾਂ ਕਰਨਾ ਸੀ ਅਗਰ ਤੁਸੀਂ ਮੇਰੇ ਲੱਖ ਵਾਲੇ ਦਾ ਜਵਾਬ ਦਿੰਦੇ ਅੱਗੋਂ ਮੈਂ ਤੁਹਾਡੇ ਨਾਲ ਕਰੋੜ ਦਾ ਕਰਨਾ ਸੀ ਹੁਣ ਲਿਹਾਜ਼ਾ ਮੈਂ ਸਵਾਲ ਮੇਰਾ ਕਰੋੜ ਦਾ ਹੋਵੇਗਾ ਤੇ ਮਿਲੇਗਾ ਤੁਹਾਨੂੰ ਲੱਖ ਰੁਪਏ ਇਹ ਕਿਹੜੀ ਗੱਲ ਹੈ ਇਹ ਕਿਹੜੀ ਗੱਲ ਹੈ ਇਹ ਕਿਹੜੀ ਗੇਮ ਨਹੀਂ 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 ਜਦੋਂ ਕਰੋੜ ਵਾਲਾ ਸਵਾਲ ਹੋਣਾ ਤੇ ਵਿੱਚੋਂ ਕਰੋੜ ਚਲੋ ਉਹਦੇ ਵਿੱਚੋਂ ਤੁਸੀਂ ਲੱਖ ਘੱਟ ਦੇ ਦਿਓ ਨਹੀਂ ਨਹੀਂ ਲੱਖ ਕਾਲੀ ਘੱਟ ਦੇਣ ਭਾਜੀ ਤੁਸੀਂ ਲੱਖ ਦਾ ਸਵਾਲ ਦਿੰਦੇ ਜਵਾਬ ਦਿੰਦੇ ਤੇ ਅਗਲਾ ਤੁਹਾਡਾ ਕਰੋੜ ਦਾ ਸਵਾਲ ਹੋਣਾ ਸੀ ਫਿਰ ਤੁਹਾਨੂੰ ਮੈਂ ਪੈਸੇ ਪੂਰੇ ਦੇਣੇ ਸੀ ਰਸ਼ ਭਾਈ ਮੈਂ ਲੱਖ ਰੁਪਏ ਹਾਰ ਗਿਆ ਵਾ ਹਾਂਜੀ ਤੇ ਵਿੱਚੋਂ ਤੂੰ ਨਾ ਮਿਹਰਬਾਨੀ ਕਰ 2,00,000 ਰੱਖ ਲੈ 2 ਕਰੋੜ ਪਹਿਲੇ ਸਵਾਲ ਜਵਾਬ ਦੇਣਾ ਵਾ ਉਹਦਾ ਕਰੋੜ ਦੇ ਦਾ ਫਿਰ ਮੈਨੂੰ ਪਤਾ ਲੱਗਣਾ ਕਿ ਤੁਹਾਡੇ ਨਾਲ ਮੈਂ ਦੇਣ ਲੈਣ ਕਰਨਾ ਵਾ ਕਿ ਤੁਹਾਡੇ ਕੋਲ ਸਿਰਫ ਲੈਣ ਲੈਣ ਕਰਨਾ ਵਾ ਜੇ ਤੁਸੀਂ ਮੇਰੇ ਇਸ ਸਵਾਲ ਦਾ ਵੀ ਜਵਾਬ ਨਾ ਦਿੱਤਾ ਰੁਪਈਆ ਤੁਹਾਡਾ 10 ਵੀ ਗਿਆ ਕੱਲਾ 100 ਰੁਪਈਆ ਰਹਿ ਜਾਣਾ ਜੇ ਤੇ ਤੂੰ ਉਹ ਸਵਾਲ ਕਰੇਗਾ ਨੀਂਦਰ ਨੁੰਦਰ ਵਾਲੇ ਖਰਾਟਿਆਂ ਖਰੋਟਿਆਂ ਵਾਲੇ ਭਾਵ ਜਵਾਬ ਨਾ ਆਈਆਂ ਨਹੀਂ ਨਹੀਂ ਸਵਾਲ ਤੁਹਾਨੂੰ ਸਿੱਧਾ ਪਤਰਾ ਕਰਦਾ ਹਾਂ ਜੇ ਜਦੋਂ 100 ਵਾਲਾ ਤੁਸੀਂ ਪੁੱਛਿਆ ਤੇ ਨਾਲ 10,000 ਵਾਲਾ ਉਹ ਪੁੱਛ ਲੈਣੇ ਤੁਹਾਡੇ ਕੋਲ ਉਹ ਜਿਹਦਾ ਪੁੱਛ ਲੈ ਕਰੋੜ ਸੌਖਾ ਜਿਹਾ ਸਵਾਲ ਪੁੱਛ ਲਵਾਂ ਤੁਹਾਡਾ 10,000 ਵਾਲਾ ਪੁੱਛ ਲੈ ਕਰੋੜ ਦੇ ਵਿੱਚ ਮੈਂ ਇੰਨੀ ਦੂਰੋਂ ਸਫ਼ਰ ਕਰਕੇ ਤੁਹਾਡੇ ਕੋਲੋਂ ਸਵਾਲ ਸੌਖੇ ਪੁੱਛਣ ਆਇਆ ਹਾਂ ਅੱਛਾ ਜੀ ਹਾਂਜੀ ਬਸ ਠੀਕ ਹੈ ਸਵਾਲ ਮੈਨੂੰ ਤੁਹਾਡੇ ਵਾਸਤੇ ਵਿੱਕੀ ਸਾਹਿਬ ਇਹ ਵੇ ਕਿ ਉਹ ਕਿਹੜੀ ਚੀਜ਼ ਹੈ ਜਿਹੜੀ ਕਿਸੇ ਇਨਸਾਨ ਦੇ ਵਿੱਚ ਘੱਟ ਹੁੰਦੀ ਹੈ ਤੇ ਕਿਸੇ ਦੇ ਵਿੱਚ ਜ਼ਿਆਦਾ ਹੁੰਦੀ ਹੈ ਹਾਂ ਕੱਦ ਕੱਦ ਆਹੋ ਜਦੋਂ ਕਿਸੇ ਇਨਸਾਨ 'ਚ ਘੱਟ ਹੁੰਦਾ ਤੇ ਕਿਸੇ ਇਨਸਾਨ ਦੇ ਵਿੱਚ ਵੱਧ ਹੁੰਦਾ ਨਹੀਂ ਉਹ ਕੱਦ ਦੀ ਨਹੀਂ ਸਰ ਕੱਦ ਨਹੀਂ ਹੈ ਬਿਲਕੁਲ ਕੱਦ ਨਹੀਂ ਹੈ ਇਹ ਕਿਸੇ ਦੀ ਘੱਟ ਹੁੰਦਾ ਤੇ ਕਿਸੇ 'ਚ ਜ਼ਿਆਦਾ ਹੁੰਦਾ ਕਿਸੇ 'ਚ ਘੱਟ ਹੁੰਦਾ ਕਿਸੇ ਵਿੱਚ ਹਾਂ ਵਾਲ ਵਾਲ ਹਾਂ ਕਿਸੇ ਦੇ ਲੰਬੇ ਹੁੰਦੇ ਨੇ ਕਿਸੇ ਦੇ ਘੱਟ ਹੁੰਦੇ ਨੇ ਹਾਂ ਚੱਤ ਕੇ ਮੈਂ ਐ ਦੇਖ ਲਓ ਦੁਨੀਆ ਵਾਲਿਓ ਦੇਖ ਲਓ ਐ ਦੇਖ ਲਓ ਰਸ਼ ਨੂੰ ਗੱਲ ਤੋਂ ਫਿਰ ਰਿਹਾ ਹਾਂ ਕੀ ਗੱਲ ਹੈ ਨਹੀਂ 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 ਸਰ ਵਾਲ ਤੇ ਇਨਸਾਨ ਅੱਛਾ ਯਾਨੀ ਕਿ ਵਾਲ ਵੀ ਨਹੀਂ ਕਿਸੇ ਇਨਸਾਨ 'ਚ ਘੱਟ ਹੁੰਦਾ ਕਿਸੇ 'ਚ ਜ਼ਿਆਦਾ ਹੁੰਦਾ ਇਹ ਘਾਟਾ ਵਾਧਾ ਕਰਨ ਵਾਲੀ ਕੋਈ ਸ਼ੈ ਬਲੱਡ 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 ਪ੍ਰੈਸ਼ਰ ਉਹ ਇਨਸਾਨ ਦਾ ਬਰਾਬਰ ਵੀ ਤੇ ਹੋ ਜਾਂਦਾ ਨਾ ਸਰ ਉਹ ਕਿਸੇ 'ਚ ਘੱਟ ਵੱਧ ਦੇ ਚੱਕਰ ਹੀ ਨਹੀਂ ਹੈ ਨਹੀਂ ਉਹ ਘੱਟ ਨਹੀਂ ਹੁੰਦਾ ਵੱਧ ਨਹੀਂ ਹੁੰਦਾ ਮੇਰੇ ਹਿਸਾਬ ਦੇ ਨਾਲ ਤੁਹਾਡੇ ਚ ਕੋਈ ਉਹ ਚੀਜ਼ ਜਿਹੜੀ ਮੈਂ ਪੁੱਛਣਾ ਚਾਹ ਰਿਹਾ ਉਹ ਤੁਹਾਡੇ ਚ ਜ਼ਿਆਦਾ ਹੈ ਮਿਰਚ ਘੱਟ ਹੈ ਤੁਹਾਨੂੰ ਮਾੜਾ ਜਿਹਾ ਮੈਂ ਆਪਸ਼ਨ ਦੇ ਸਕਦਾ ਤੁਹਾਨੂੰ ਮਾੜਾ ਜਿਹਾ ਦੇ ਸਕਦੇ ਹੋ ਕਿ ਮੇਰੇ ਚ ਜ਼ਿਆਦਾ ਤੁਹਾਡੇ ਚ ਘੱਟ ਹੈ ਘੱਟ ਹੈ
मेरे बच्चे चार ने जवाब जवाब तो सौखा सी लेकिन मेन नहीं दसिया जनाब तुम मेरे को लख रुपये बल्कि भी जवाब नहीं दिता हूँ मेरे को 10,000 रुपये भी नहीं लिजा सकते मेरे को सिर्फ 100 रुपये ले जाना वा वो हूँ दसो ले जाना वा कि हमे शहर च आया ना ही देव जी गल सफर करके आया मेरा हूँ तेरे 100 रुपया भी बनता है किस दे लो हूँ जीते रहे और सब दोस्तों के रिक्वेस्ट है फिर इसको सब्सक्राइब करें लाइक करें और बेल बटन दबाएं। थैंक यू विकी कॉट साहब मेरे प्रोग्राम से तुसी कोई पैसा नहीं जीत सके लेकिन मेरी कोशिश आ कि जो ऊपर ड्रामे चलेंगे तो उदो मैं प्रोग्राम करा तो उदो मैं कोशिश करा मैं उतला 1 करोड़ रुपये घटा देना वा लेकिन मैं नालों नाल दे ही आया करना तो शुक्रिया थैंक यू तुसी मेरे चैनल नु टाइम दिता और तुसी अज मेरे प्रोग्राम च सिर्फ 100 रुपये जीत के गए हो इंशाल्लाह नेक्स्ट टाइम तुहाडे नाल जरूर मुलाकात करांगे वो जांदे आ ना मेरे अल्लाह किस गल्ले च पा दे गल्ले दे विच पा देंगे ऐदा बतान फू करो तुहाडे च पा देना तुसी भी गल्ले आज ते शुक्रिया थैंक यू पाकिस्तान जिंदाबाद।